ਇਹਨਾਂ ਸਾਰਿਆਂ ਸ਼ਬਦਾਂ ਦਾ ਜੋ ਸਿਧਾਂਤ ਹੈ ਵਾਸਦੇਵ ਜੋ ਜਾਪ ਹੈ ਵਾਵੇ ਤੋਂ ਬਣਿਆ ਹੈ ਅਤੇ ਇਸੇ ਪ੍ਰਕਾਰ ਫਾਹੇ ਤੋਂ ਹਰ ਹਰ ਸ਼ਬਦ ਬਣਿਆ ਹੈ ਅਤੇ ਗੱਗੇ ਤੋਂ ਗੋਬਿੰਦ ਗੋਬਿੰਦ ਸ਼ਬਦ ਬਣਿਆ ਹੈ ਰਾਰੇ ਤੋਂ ਰਾਮ ਰਾਮ ਸ਼ਬਦ ਬਣਿਆ ਹੈ। ਇਸ ਪ੍ਰਕਾਰ ਸਾਧ ਸੰਗੀ ਚਾਰੇ ਜਿਹੜੇ ਅੱਖਰ ਹਨ ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਵਕਤ 36 ਯੁਗ ਵਰਤੇ ਗੁਬਾਰਾ ਹੈ ਪਾੜੀ ਲਾਈ ਸਿਰਜਣ ਹਾਰ ਹੈ ਕਰਤਾ ਪੁਰਖ ਦੇ ਰੂਪ ਵਿੱਚ ਅੰਤਰਜਾਮੀ ਨੇ ਇਹ ਲੋਹ ਪ੍ਰਕਾਸ਼ ਵਿੱਚ ਵੀ ਜ਼ਿਕਰ ਦਸਮ ਪਾਤਸ਼ਾਹ ਜੀ ਨੇ ਕੀਤਾ ਹੈ। ਉਸ ਵਕਤ ਸਾਧ ਸੰਗਤ ਜੀ ਮਹਾਰਾਜ ਜੀ 9 ਯੁਗ ਵਾਵੇ ਦਾ ਜਾਪ ਕੀਤਾ ਹੈ ਅਤੇ 9 ਯੁਗ ਹਾਹੇ ਦਾ ਜਾਪ ਕੀਤਾ ਹੈ, 9 ਯੁਗ ਸਾਧ ਸੰਗਤ ਜੀ ਗੱਗੇ ਦਾ ਜਾਪ ਕੀਤਾ ਹੈ, 9 ਯੁਗ ਰਾਰੇ ਦਾ ਜਾਪ ਕੀਤਾ ਹੈ। ਇਹ ਵਾਹਿਗੁਰੂ ਮੰਤਰ ਇਸ ਪ੍ਰਕਾਰ ਬਣਾਇਆ ਸੱਚੇ ਪਾਤਸ਼ਾਹ ਜੀ।